ਪਹਿਰੇਦਾਰ ਟੀਵੀ ਦੇਖ ਰਹੇ ਸਤਿਕਾਰਯੋਗ ਦਰਸ਼ਕ ਵੀਰੋ, ਭੈਣੋ ਅਤੇ ਪਿਆਰੇ ਬੱਚਿਓ, ਜਸਪਾਲ ਸਿੰਘ ਹੀਰਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਹਾਂ ਤੁਹਾਡੇ ਸਨਮੁੱਖ ਅੱਜ ਦਾ ਪ੍ਰੋਗਰਾਮ ਮੁੱਦੇ ਦੀ ਗੱਲ ਲੈ ਕੇ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੁਝ ਉਹਨਾਂ ਅਹਿਮ ਖਬਰਾਂ ਦੀ ਚੀਰ ਫਾੜ ਕਰਾਂਗੇ ਜਿਨ੍ਹਾਂ ਖਬਰਾਂ ਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਜਿਹੜੇ ਉਹ ਲੁਕੇ ਹੋਏ ਨੇ। ਕੋਸ਼ਿਸ਼ ਕਰਾਂਗੇ ਕਿ ਉਹ ਲੁਕੇ ਹੋਏ ਕਾਰਨ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਕੁਝ ਉਹਨਾਂ ਚੁਣੌਤੀਆਂ ਦੀ ਵੀ ਗੱਲ ਕਰਾਂਗੇ ਜਿਹੜੀਆਂ ਚੁਣੌਤੀਆਂ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਨੂੰ, ਪੰਥ ਨੂੰ, ਕੌਮ ਨੂੰ ਦਰਪੇਸ਼ ਨੇ। ਸੋ ਹਮੇਸ਼ਾ ਦੀ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਹੁੰਦੇ ਨੇ ਉੱਘੇ ਸਿੱਖ ਚਿੰਤਕ, ਇਤਿਹਾਸ ਦੇ ਡੂੰਘੇ ਜਾਣਕਾਰ ਸਰਦਾਰ ਗੋਪੀ ਸਿੰਘ ਜੀ ਮੰਡਿਆਣੀ। ਮੰਡਿਆਣੀ ਸਾਹਿਬ ਜੀ, ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਡਿਆਣੀ ਸਾਹਿਬ, ਸਭ ਤੋਂ ਪਹਿਲਾਂ ਤਾਂ ਕਿਉਂਕਿ 3 ਦਿਨ ਦੀਆਂ ਛੁੱਟੀਆਂ ਤੋਂ ਬਾਅਦ ਵਿਧਾਨ ਸਭਾ ਜਿਹੜੀ ਉਹ ਅੱਜ ਫਿਰ ਸ਼ੁਰੂ ਹੋਈ ਆ, ਅਤੇ ਇਹਨਾਂ 3 ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਜਿਹੜਾ ਉਹ ਪੰਜਾਬ ਦੀ ਸਿਆਸਤ 'ਚ, ਸਿੱਖ ਸਿਆਸਤ 'ਚ, ਸਿੱਖਾਂ ਦੀਆਂ ਇੱਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਇੱਕ ਵੱਡਾ ਮੁੱਦਾ ਜਿਹੜਾ ਉਹ ਚਰਚਾ ਦੇ ਵਿੱਚ ਆਇਆ ਸੀ। DGP ਆ ਜਿਹੜਾ ਦਿਨਕਰ ਗੁਪਤਾ, ਉਹਨੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ 'ਤੇ ਉਹ ਉਸ ਪਵਿੱਤਰ ਪਾਵਨ ਧਰਤੀ ਨੂੰ ਅੱਤਵਾਦੀ ਟ੍ਰੇਨਿੰਗ ਸੈਂਟਰ ਦੀ ਬਰਾਬਰ ਦੀ ਤੁਲਨਾ ਦਿੱਤੀ ਸੀ, ਜਿਹਦਾ ਸਿੱਖ ਸੰਗਤਾਂ 'ਚ ਬਹੁਤ ਵੱਡੀ ਪੱਧਰ 'ਤੇ ਆ ਜਿਹੜਾ ਉਹ ਵਿਰੋਧ ਵੀ ਹੋਇਆ, ਸਿੱਖ ਸੰਗਤਾਂ 'ਚ ਰੋਸ ਵੀ ਪੈਦਾ ਹੋਇਆ। ਸੋ ਉਸ ਨੂੰ ਦੇਖਦਿਆਂ ਹੋਇਆਂ ਮਜੀਠੀਆ ਜਿਹੜਾ ਅਕਾਲੀ ਦਲ ਦਾ ਵਿਧਾਇਕ ਆ ਜਿਹੜਾ ਸੁਖਬੀਰ ਦਾਸ ਵਾਲਾ, ਉਹਨੇ ਕਿਹਾ ਸੀ ਵੀ ਅਸੀਂ ਸੋਮਵਾਰ ਨੂੰ ਵਿਧਾਨ ਸਭਾ ਚੱਲਣ ਨਹੀਂ ਦਿਆਂਗੇ ਜੇ ਮੁੱਖ ਮੰਤਰੀ ਇਹਦੇ 'ਤੇ ਆ ਕੇ ਮਾਫ਼ੀ ਨਹੀਂ ਮੰਗੂਗਾ, ਬਿਆਨ ਨਹੀਂ ਦਊਗਾ। ਇਹੀ ਜਿਹੜੀ ਟਿੱਪਣੀ ਸੀ ਉਹ ਆਮ ਆਦਮੀ ਪਾਰਟੀ ਵੱਲੋਂ ਵੀ ਕੀਤੀ ਗਈ ਸੀ ਕਿ ਅਸੀਂ ਵਿਧਾਨ ਸਭਾ ਨੂੰ ਚੱਲਣ ਨਹੀਂ ਦੇਵਾਂਗੇ ਜਦੋਂ ਤੱਕ ਮੁੱਖ ਮੰਤਰੀ ਇਹਦੇ 'ਤੇ ਆ ਕੇ ਆ ਜਿਹੜਾ ਉਹ ਸਪਸ਼ਟੀਕਰਨ ਨਹੀਂ ਦਿੰਦਾ। ਪਰੰਤੂ ਮੁੱਖ ਮੰਤਰੀ ਤਾਂ ਅੱਜ ਵਿਧਾਨ ਸਭਾ 'ਚ ਆਇਆ ਨਹੀਂ, ਅਤੇ ਇਹ ਜਿਹੜਾ ਮੁੱਦਾ ਜਿਹੜਾ ਸੀ DGP ਵਾਲਾ, ਭਾਵੇਂ ਕਿ ਉਹਨੇ ਇੱਕ ਟਵੀਟ ਕਰਕੇ ਆ ਮਾਫ਼ੀ ਵੀ ਮੰਗੀ ਆ, ਪਰੰਤੂ ਤੁਹਾਨੂੰ ਕੀ ਲੱਗਦਾ ਕਿ ਜੋ ਕੁਝ ਦਮਗਜੇ ਮਾਰੇ ਗਏ ਸੀਗੇ ਉਹ ਦਮਗਜੇ ਆ ਜਿਹੜੇ ਅੱਜ ਵਿਧਾਨ ਸਭਾ 'ਚ ਠੁੱਸ ਕਿਉਂ ਹੋ ਗਿਆ? ਵਿਧਾਨ ਸਭਾ ਤੋਂ ਬਾਹਰ ਬੋਲ ਰਿਹਾ ਜੀ ਅਕਾਲੀ ਦਲ ਦਾ MLA ਅਨਕੇ ਸ਼ਰਮਾ ਬੋਲਦਾ ਜੀ, ਤੇ ਉੱਥੇ ਮਜੀਠੀਆ ਵੀ ਨਹੀਂ ਬੋਲਿਆ ਜੀ। ਸਿੱਧਾ ਉਹ ਨਿਸ਼ਾਨਾ ਆਪਣਾ ਸਿਆਸੀ ਆ, ਦੇਖੋ ਇਹ ਸੋਨੀਆ ਗਾਂਧੀ ਦੇ ਹਦਾਇਤ 'ਤੇ ਹੋਇਆ ਜੀ, ਇਹ ਸੋਨੀਆ ਗਾਂਧੀ ਦੇ ਹਦਾਇਤ 'ਤੇ ਹੋਇਆ। ਹਾਲਾਂਕਿ ਆਪਾਂ ਨੂੰ ਪਤਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀ ਜਿਹੜਾ ਸਮਝੌਤਾ, ਉਹ ਸਭ ਤੋਂ ਉਹਦੀ ਪਹਿਲੀ ਸ਼ਰਤ DGP ਆ DGP ਵੀ ਸਾਡੀ ਮਰਜ਼ੀ ਦਾ DGP ਲੈ ਜਾਓ ਜੀ। ਪਹਿਲਾਂ ਉਹੀ DGP ਰੱਖਿਆ ਗਿਆ ਜਿਹੜਾ ਕਿ ਇਹਨਾਂ ਦੇ ਬਾਦਲਾਂ ਨੇ ਲਾਇਆ ਸੀ ਸੁਰੇਸ਼ ਅਰੋੜਾ, ਤੇ ਇਹ ਜਿਹੜਾ ਦਿਨਕਰ ਗੁਪਤਾ ਜੀ ਇਹ ਵੀ 7 ਬੰਦਿਆਂ ਦੀ ਸਿਕਿਉਰਿਟੀ ਰੰਗ ਕੇ ਲਾਇਆ ਗਿਆ ਬਿਲਕੁਲ ਬਿਲਕੁਲ, ਜਿਹੜਾ ਕਿ ਬਾਦਲਾਂ ਦਾ ਹੀ DGP ਇੰਟੈਲੀਜੈਂਸ ਲਾਇਆ ਸੀ ਤੇ ਸੁਰੇਸ਼ ਅਰੋੜੇ ਦਾ ਖਾਸ ਬੰਦਾ ਸੀ, ਉਹਦਾ ਨੰਬਰ 2 ਸੀਗਾ ਜੀ। ਇਹ ਜਿਹੜਾ DGP ਆ ਹੋਣ ਵਾਲੇ ਤੇ ਪਹਿਲਾ ਜੀ, ਇਹ ਦੋਨੇ ਬਾਦਲਾਂ ਦੀ ਮਰਜ਼ੀ ਦੇ ਸੀ ਜੀ, ਉਹਨੂੰ ਨਹੀਂ ਨਿਸ਼ਾਨਾ ਬਣਾ ਰਹੇ, ਸੋਨੀਆ ਗਾਂਧੀ ਨੂੰ ਨਿਸ਼ਾਨਾ ਬਣਾ ਰਹੇ ਜੀ। ਸਾਨੂੰ ਉਹਨਾਂ ਕੋਲ ਸਿਆਸੀ ਲਹਾ ਹੋ ਜੇ DGP ਦੇ ਖਿਲਾਫ਼ ਬੋਲਣਾ, ਅਸਲ 'ਚ ਉਹਨਾਂ ਦਾ ਨਹੀਂ ਹੈ, ਉਹਨਾਂ ਦਾ ਤਾਂ ਵੀ ਇਹਦੇ ਰਾਹੀਂ ਅਸੀਂ ਮਾੜਾ ਮੋਟਾ ਸਿਆਸੀ ਰੋਟੀਆਂ ਸੇਕ ਲਈ।
ਨਹੀਂ ਡੈਡੀ ਸਾਹਿਬ, ਗੱਲ ਤਾਂ ਇਹ ਹੈ ਨਾ ਕਿ ਜਿਹੜਾ ਚਲੋ ਦਿਨਕਰ ਗੁਪਤਾ ਨੇ ਜਿਹੜਾ ਸਿੱਖਾਂ ਜਾਂ ਧਾਰਮਿਕ ਭਾਵਨਾਵਾਂ ਨੂੰ ਇੱਕ ਵੱਡੀ ਠੇਸ ਪਹੁੰਚਾਈ ਆ, ਉਹ ਪੰਜਾਬ ਦਾ ਡੀ ਜੀ ਪੀ ਆ, ਸਿੱਧਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਆ, ਅਤੇ ਆਪਾਂ ਇਸ ਗੱਲ ਨੂੰ ਆ ਜਿਹੜਾ ਉਹ ਜੱਗ ਵੀ ਜਾਣਦਾ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ ਜੀ ਪੀ ਦਿਨਕਰ ਗੁਪਤਾ ਦੋਨੇ ਹੀ ਡਿਪਾਲ ਦੇ ਖਾਸੋ ਖਾਸ ਨੇ, ਜਿਹੜਾ ਮੋਦੀ ਦਾ ਸਲਾਹਕਾਰ ਆ। ਤੋ ਇਹ ਜਿਹੜਾ ਮੁੱਦਾ ਵਾ ਜਿਹੜਾ ਇਹ ਖਾਸ ਕਰਕੇ ਦੇਸ਼ ਦੀ ਵਿਦੇਸ਼ ਨੀਤੀ ਨਾਲ ਵੀ ਜੁੜਿਆ ਹੋਇਆ, ਪਾਕਿਸਤਾਨ ਨਾਲ ਵੀ ਜੁੜਿਆ ਹੈ, ਇਹਦੇ 'ਚ ਸੋਨੀਆ ਗਾਂਧੀ ਦਾ ਕੀ ਲੈਣ ਦੇਣ ਆ ਗਿਆ, ਇਹਦੇ 'ਚ ਮੋਦੀ ਦਾ ਲੈਣ ਦੇਣ ਹੋ ਸਕਦਾ, ਇਹਦੇ 'ਚ ਕੈਪਟਨ ਦਾ ਲੈਣ ਦੇਣ ਹੋ ਸਕਦਾ, ਇਹਦੇ 'ਚ ਦਿਨਕਰ ਗੁਪਤੇ ਦਾ ਲੈਣ ਦੇਣ ਹੋ ਸਕਦਾ, ਇਹਦੇ 'ਚ ਡਿਪਾਲ ਦਾ ਦੇਣ ਲੈਣ ਹੋ ਸਕਦਾ, ਇਹਦੇ 'ਚ ਸੋਨੀਆ ਗਾਂਧੀ ਦਾ ਆਖਰ ਕੀ ਲੈਣ ਦੇਣ ਆ। ਦੇਖੋ ਇੱਕ ਹੈਰਾਨੀ ਵਾਲੀ ਗੱਲ, ਅਕਾਲੀ ਦਲ ਸੋਨੀਆ ਗਾਂਧੀ ਦੇ ਇਸ਼ਾਰੇ ਤੇ ਹੋਇਆ, ਫਿਰ ਬੀਜੇਪੀ ਕਦੇ ਨੀ ਬੋਲਦੀ। ਬਿਲਕੁਲ ਬਿਲਕੁਲ, ਸਰਕਾਰ ਤਾਂ ਇਹਨਾਂ ਦੀ ਬੀਜੇਪੀ ਦੀ ਆ, ਜੇ ਸੋਨੀਆ ਗਾਂਧੀ ਉਹਨਾਂ ਦੀ ਸਰਕਾਰ ਹੁੰਦੀ ਇਹ ਕੁਛ ਕਰਵਾ ਸਕਦੀ ਹੈ, ਤੇ ਫਿਰ ਸਰਕਾਰ ਕਾਹਦੀ ਆ? ਜੇ ਸੋਨੀਆ ਗਾਂਧੀ ਦੇ ਇਸ਼ਾਰੇ ਤੇ ਉਹ ਬੋਲਦਾ ਜੀ, ਤਾਂ ਜਿਹੜੀ ਸੈਂਟਰਲ ਸਰਕਾਰ ਉਹ ਕਹਿੰਦੇ ਨੇ ਬੈਠੀ ਆ ਵੀ ਇਹ ਹੱਕ ਦਾ, ਇਹ ਤਾਂ ਸੈਂਟਰਲ ਸਰਕਾਰ ਦੇ ਦਾਇਰੇ ਚ ਆਉਂਦਾ। ਦੇਖੋ ਤੂੰ ਕਿਵੇਂ ਬੋਲਿਆ, ਜਾਂ ਪੰਜਾਬ ਸਰਕਾਰ ਨੂੰ ਕਹਿਣ ਵੀ ਇਹਦੀ ਜਵਾਬ ਤਲਬੀ ਕਰੋ, ਵੀ ਜਿਹੜਾ ਸੈਂਟਰਲ ਸਰਕਾਰ ਦਾ ਦਾਇਰਾਕਾਰ ਆ, ਖੇਤਰ ਆ, ਇਹ ਕਿਉਂ ਬੋਲਦਾ ਵਿੱਚ? ਮਤਲਬ ਉਹ ਤਾਂ ਹੁੰਦਾ ਨਾ, ਜੇ ਉਹਨਾਂ ਦੀ ਰਜਾ ਮਰਜ਼ੀ ਨਾ ਨਾ ਹੁੰਦੀ ਤੇ ਇਹਨਾਂ ਨੂੰ ਵੀ ਪਤਾ, ਇਹਨਾਂ ਨੂੰ ਕਿਹੜਾ ਪਤਾ ਨਹੀਂ ਕਰ ਰਹੀ? ਵੇਖੋ ਤਾਂ ਤਾਂ ਇਹਨਾਂ ਦਾ ਸੁਖਵੀਰ ਨਹੀਂ ਬੋਲਦਾ, ਤਾਂ ਹੀ ਇਹਨਾਂ ਦੀ ਬੀਜੇਪੀ ਨਹੀਂ ਬੋਲਦੀ। ਠੀਕ ਹੈ, ਮੇਰੇ ਦਾ ਵੀ ਇੱਕ ਗੱਲ ਆ ਜਿਹੜੀ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਵਿਧਾਨ ਸਭਾ 'ਚ ਨਹੀਂ ਆਏ ਹੈਗੇ, ਹਾਲਾਂਕਿ ਉਹ ਦਿੱਲੀਓਂ ਵਾਪਸ ਆ ਚੁੱਕੇ ਨੇ, ਚੰਡੀਗੜ੍ਹ ਆ ਚੁੱਕੇ ਨੇ, ਇਸ ਗੱਲ ਦੀ ਜਾਣਕਾਰੀ ਹੈ, ਪਰੰਤੂ ਉਹ ਵਿਧਾਨ ਸਭਾ 'ਚ ਨਹੀਂ ਆਏ। ਸੋ ਅੱਜ ਜਿਹੜਾ ਕੈਪਟਨ ਦਾ ਵਿਧਾਨ ਸਭਾ 'ਚੋਂ ਗੈਰ ਹਾਜ਼ਰ ਰਹਿਣਾ, ਅਤੇ ਦੂਜੇ ਪਾਸੇ ਜਿਹੜਾ ਉਹ ਦਿਨਕਰ ਗੁਪਤਾ ਉਹਨੇ ਆ ਜਿਹੜੀ ਉਹ ਮਾਫ਼ੀ ਵਾਲੀ ਗੱਲ ਕੀਤੀ ਆ, ਕੀ ਇਹ ਕੈਪਟਨ ਅੱਜ ਤਾਂ ਨਹੀਂ ਆਇਆ ਕਿ ਉਹ ਦੇਖਣਾ ਚਾਹੁੰਦਾ ਕਿ ਜਿਹੜਾ ਦਿਨਕਰ ਗੁਪਤੇ ਨੇ ਇੱਕ ਝੂਠੀ ਜਿਹੀ ਮਾਫ਼ੀ ਮੰਗ ਲਈ ਆ, ਉਹਦੇ 'ਤੇ ਕੀ ਪ੍ਰਤੀਕਿਰਿਆ ਰਹਿੰਦੀ ਆ? ਉਹੀ ਆ ਨਾਲੇ ਵੀ ਕੀ ਕੁਛ ਕਿੰਨਾ ਕੁ ਵਿਧਾਨ ਸਭਾ ਨੂੰ ਠੱਪ ਕਰਦੇ ਆ, ਜਿਵੇਂ ਕਹਿੰਦੇ ਸੀ ਕੀ ਹੁੰਦਾ ਕੀ ਨਹੀਂ ਹੁੰਦਾ। ਤੇ ਦੂਜੀ ਗੱਲ ਦੇਖੋ ਹੈਰਾਨੀ ਵਾਲੀ ਗੱਲ ਆ ਵੀ ਉੱਥੇ ਇੱਕ ਪਾਸੇ ਸਰਕਾਰ ਬੈਠੀ ਹੁੰਦੀ ਹੈ ਤੇ ਇੱਕ ਪਾਸੇ ਆਪੋਜੀਸ਼ਨ ਬੈਠੀ ਹੁੰਦੀ ਹੈ। ਸਰਕਾਰ ਦਾ ਮਤਲਬ ਖਾਸ ਕਰਕੇ ਪੰਜਾਬ 'ਚ ਸੀ ਐਮ ਤੋਂ ਬਿਨਾਂ ਹੋਰ ਕੋਈ ਸਰਕਾਰ ਦੀ ਮੁਕਤ ਨਹੀਂ, ਕੋਈ ਵਜ਼ੀਰਾਂ ਦੀ ਮੁਕਤ ਨਹੀਂ, ਸੀ ਐਮ ਹੈ ਨਹੀਂ ਉੱਥੇ, ਜਵਾਬਦੇਹ ਕੌਣ ਆ? ਇਹਦਾ ਸਪੀਕਰ ਨੂੰ ਚਾਹੀਦਾ ਸੀ, ਜਿਹੜਾ ਪਹਿਲਾਂ ਤਾਂ ਸੈਸ਼ਨ ਹੀ ਛੋਟਾ ਜਿਹਾ, ਇਹ ਵੀ ਬੜਾ ਮਹੀਨਾ ਲੰਮਾ ਚੱਲਦਾ। ਬਿਲਕੁਲ ਬਿਲਕੁਲ, ਤੇ ਜੇ ਛੋਟਾ ਜਿਹਾ ਤਾਂ ਬਾਕੀ ਐਮ ਐਲ ਏ ਆ ਸਕਦੇ ਆ, ਵਜ਼ੀਰ ਆ ਸਕਦੇ ਆ, ਤੇ ਸੀ ਐਮ ਨੂੰ ਹੁਣ ਚ ਕਿਹੜੀ ਦਿੱਕਤ ਕਿੱਡਾ ਕੁ ਉਹਨੂੰ, ਕੋਈ ਜੇ ਉਹਨੂੰ ਕੋਈ ਆਰਾਮ ਵੀ ਹੋ ਗਿਆ, ਥਕਾਵਟ ਵੀ ਹੋ ਗਈ, ਜੇ ਤੂੰ ਜ਼ਿੰਮੇਵਾਰੀ ਨਿਭਾਉਣੀ ਆ ਤਾਂ ਫਿਰ ਨਹੀਂ ਨਿਭਾਉਣ ਜੋਗਾ ਤਾਂ ਪਾਸੇ ਹੋ ਜਾ ਜੀ। ਉਹਦਾ ਆਉਣਾ ਬਣਦਾ ਸੀਗਾ, ਸੀ ਐਮ ਦਾ ਉੱਥੇ ਹਾਜ਼ਰ ਰਹਿਣਾ ਬਣਦਾ ਸੀ, ਖਾਸ ਕਰਕੇ ਇਹੋ ਜਿਹੇ ਕ੍ਰੂਸ਼ੀਅਲ ਈਵੈਂਟ ਤੇ ਜੀ। ਨਹੀਂ ਇਹ ਜਿਹੜੀ ਇਹਨੇ ਡੀ ਜੀ ਪੀ ਨੇ ਮਾਫ਼ੀ ਮੰਗੀ ਹੈ, ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਮਾਮਲਾ ਜਿਹੜਾ ਉਹ ਸ਼ਾਂਤ ਹੋ ਜੂਗਾ, ਜਾਂ ਜਿਹੜਾ ਕੁਛ ਇਸ ਦੇ ਪਿੱਛੇ ਸੀ, ਜੋ ਕੁਛ ਉਹਨੇ ਡੀ ਜੀ ਪੀ ਨੇ ਜਿਹੜਾ ਮਤਲਬ ਧਮਾਕਾ ਕੀਤਾ ਸੀ ਉਹਦੇ ਪਿੱਛੇ ਸੀ, ਉਹ ਉਹਦੇ ਬਾਰੇ ਆ ਜਿਹੜਾ ਉਭਾਰ ਆ ਜਿਹੜਾ ਉਹ ਆਊਗਾ? ਉਭਾਰ ਤਾਂ ਹੁਣ ਕਿਹਨੇ ਦੇਣਾ ਜੀ? ਦੇਖੋ ਜੀ, ਬੀਜੇਪੀ ਚੁੱਪ ਆ, ਕਾਂਗਰਸ ਨੂੰ ਚੁੱਪ ਰਹਿਣਾ ਪੈਣਾ ਜੀ, ਤੇ ਅਕਾਲੀ ਦਲ ਨੇ ਆਪਦਾ ਜਿੰਨਾ ਕੁ ਸੋਨੀਆ ਗਾਂਧੀ ਨੂੰ ਟਾਰਗੇਟ ਕਰਨਾ ਸੀ ਉਹ ਕਰ ਲਿਆ, ਬੀਜੇਪੀ ਵੀ ਖੁਸ਼ ਕਰਦੀ ਦੇ ਲਿਆ, ਤਾਂ ਸੋਨੀਆ ਗਾਂਧੀ ਦਾ ਸਿੱਧਾ ਟੈਕ ਰਿਹਾ ਜੀ, ਤੇ ਹੋਰ ਆ ਜਿਹੜੀਆਂ ਦੂਜੀਆਂ ਤੇ ਛੋਟੀਆਂ ਮੋਟੀਆਂ ਪਾਰਟੀਆਂ, ਇਹਨਾਂ ਦਾ ਕੋਈ ਵੇਟ ਹੈ ਨਹੀਂ। ਤੇ ਇਹ ਆ ਵੀ ਉਹ
ਸੀਐਮ 11,000 ਰਹਿ ਗਿਆ ਤੇ ਆ ਕੇ ਕਹਿ ਦੂਗਾ ਜੀ ਬਸ ਹੁਣ ਡੀਜੀਪੀ ਦੇ ਬਿਆਨ ਨਾਲ ਮਾਮਲਾ ਸ਼ਾਂਤ ਹੋ ਜਾਣਾ ਚਾਹੀਦਾ ਬਸ ਇੰਨੀ ਗੱਲ ਹੋਣੀ ਉਹਨੇ ਅੱਜ ਗਲਤੀ ਇਹ ਮਹਿਸੂਸ ਕਰ ਲਿਆ ਉਹਨੇ ਗਲਤੀ ਮਹਿਸੂਸ ਕਰਦੇ ਵੀ ਹੁਣ ਇਹ ਨਹੀਂ ਉਹਨੇ ਕਹਿਣਾ ਅੱਛਾ ਇੰਨਾ ਵੀ ਉਹਨੇ ਮੂੰਹ ਚੋਂ ਨਹੀਂ ਕਹਿਣਾ ਸੀਐਮ ਨੇ ਵੀ ਉਹ ਉਹਨੇ ਗਲਤੀ ਮਹਿਸੂਸ ਕਰ ਲਈ ਆ ਵੀ ਹਾਂਜੀ ਉਹਦੀ ਗਲਤੀ ਸੀ ਇੰਨਾ ਹੀ ਕਹੂਗਾ ਡੀਜੀਪੀ ਦੇ ਬਿਆਨ ਨਾਲ ਇਹ ਮਾਮਲਾ ਮੁੱਕ ਗਿਆ ਸ਼ਾਂਤ ਹੋ ਗਿਆ ਸਮਝਣਾ ਚਾਹੀਦਾ ਠੀਕ ਹੈ ਮਨਿਆਣੀ ਸਾਹਿਬ ਅੱਜ ਜਿਹੜੀ ਵਿਧਾਨ ਸਭਾ ਦੇ ਬਾਹਰ ਦੇਖ ਰਿਹਾ ਸੀ ਆਪਣਾ ਜਿਹੜੇ ਲੁਧਿਆਣੇ ਵਾਲੇ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਜਿਹੜੇ ਲੋਕ ਇਨਸਾਫ ਪਾਰਟੀ ਦੇ ਨੇ ਉਹ ਜਿਹੜੇ ਨਾਅਰੇਬਾਜ਼ੀ ਕਰ ਰਹੇ ਸੀ ਉਹਦੇ 'ਚ ਮੈਂ ਦੇਖਿਆ ਕਿ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਆ ਕਿ ਰੂਸਾ ਆਲਮ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਕਿ ਰੂਸਾ ਆਲਮ ਦਾ ਏਜੰਟ ਡੀ ਜੀ ਪੀ ਹੈ ਰੂਸਾ ਆਲਮ ਦਾ ਦਲਾਲ ਡੀ ਜੀ ਪੀ ਹੈ ਸੋ ਇਹ ਜਿਹੜਾ ਰੂਸਾ ਆਲਮ ਅਤੇ ਡੀ ਜੀ ਪੀ ਦੇ ਨਾਲ ਉਹਦਾ ਨਾਮ ਆ ਜਿਹੜਾ ਉੱਛਲਣਾ ਇਹਨੂੰ ਤੁਸੀਂ ਕਿਹੜੀ ਨਜ਼ਰ ਆ ਦੇ ਉਹ ਤਾਂ ਜੀ ਸੋਸ਼ਲ ਮੀਡੀਆ 'ਤੇ ਪਰਸੋਂ ਦੀ ਜਿਹੜੀ ਫੋਟੋ ਆ ਰਹੀ ਸੀ ਕਿਤੇ ਫੰਕਸ਼ਨ ਦੀ ਹੋਣੀ ਹੈ ਵੀ ਰੂਸਾ ਆਲਮ ਦੇ ਨਾਲ ਡੀ ਜੀ ਪੀ ਬੈਠਾ ਦੇਖੋ ਉਹ ਜਿਹੜਾ ਸੋਸ਼ਲ ਮੀਡੀਆ ਵਾਲਿਆਂ ਦਾ ਇਹ ਕਹਿਣਾ ਸੀ ਵੀ ਤੂੰ ਪਾਕਿਸਤਾਨਾਂ ਦੇ ਨਾਲ ਬੈਠਾ ਉਹ ਤੂੰ ਪਾਕਿਸਤਾਨ ਦੇ ਖਿਲਾਫ ਇੰਨਾ ਵੱਡੀ ਪ੍ਰਚਾਰ ਕਰਦਾ ਜੀ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੰਦੇ ਆ ਜੀ ਖਤਰਨਾਕ ਅੱਤਵਾਦੀ ਬਣਾਉਂਦੇ ਨਾਲੇ ਫੋਟੋ ਵੀ ਆਇਆ ਜਿਵੇਂ ਉਹਦੇ ਝੋਲੀ 'ਚ ਵੜ ਕੇ ਬੈਠਾ ਹਾਂਜੀ ਵੀ ਜੇ ਇਹ ਜਿਹੜੀ ਪਾਕਿਸਤਾਨ ਦੀ ਹੈਗੀ ਆ ਡਿਫੈਂਸ ਐਨਾਲਿਸਟ ਆ ਜਿਹੜੀ ਉਹ ਕਹਿੰਦੇ ਵੀ ਰੱਖਿਆ ਮਹਿਕਮੇ ਤੇ ਉਹ ਖਬਰਾਂ ਕਰਦੀ ਉਸ ਚੀਜ਼ ਦੀ ਪੱਤਰਕਾਰ ਨਾ ਹੋ ਤੇ ਉਹ ਆ ਤੇ ਵੀ ਉਹ ਨੀ ਤੈਨੂੰ ਦੱਸਦੀ ਵੀ ਇੰਨਾ ਚਿਰ ਹੋ ਗਿਆ ਇੱਥੇ ਸਾਡੇ ਪੰਜਾਬ 'ਚ ਬੈਠੀ ਆ ਤੇ ਵੀ ਤੈਨੂੰ ਸਿੱਖ ਹੀ ਦਿੰਦੇ ਆ ਵੀ ਇਹੀ ਪਾਕਿਸਤਾਨ ਜਾਂਦੇ ਤਾਂ ਅੱਤਵਾਦੀ ਬਣਦੇ ਜਿਹੜੀ ਪਾਕਿਸਤਾਨ ਨਾਲ ਸਿੱਧੀ ਆ ਉਹ ਨੀ ਉਹ ਤਾਂ ਮਤਲਬ ਉਸ ਕਿਸਮ ਦੇ ਉੱਤੇ ਤੰਜ ਕਸਿਆ ਗਿਆ ਸੀ ਤੇ ਉਸ ਫੋਟੋ ਨੂੰ ਆਧਾਰ ਬਣਾ ਕੇ ਅੱਜ ਮੈਂਸਨ ਕਰਤੀ ਇਹਨਾਂ ਦੇ ਠੀਕ ਹੈ ਮਤਲਬ ਇਹਦੇ ਨਾਲ ਜਿਹੜਾ ਡੀ ਜੀ ਪੀ ਨੇ ਬਿਆਨ ਦਿੱਤਾ ਉਹਦੇ ਨਾਲ ਜਿਹੜਾ ਮਤਲਬ ਕਈ ਪਾਸਿਓਂ ਜਿਹੜੇ ਹਮਲੇ ਨੇ ਉਹ ਲਗਾਤਾਰ ਹੋ ਰਹੇ ਨੇ ਹੁਣ ਕੱਲ੍ਹ ਦੇਖਣ ਵਾਲੀ ਗੱਲ ਇਹ ਆ ਕਿ ਕੱਲ੍ਹ ਨੂੰ ਆ ਕੇ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ 'ਤੇ ਕੀ ਬਿਆਨ ਦਿੰਦਾ ਦੂਜੀ ਗੱਲ ਇਹ ਆ ਕਿ ਜਿਹੜੇ ਰੌਲਾ ਪਾਉਂਦੇ ਸੀ ਦਮ ਗਜੇ ਮਾਰਦੇ ਸੀ ਅਸੀਂ ਵਿਧਾਨ ਸਭਾ ਨਹੀਂ ਚੱਲਣ ਦੇਵਾਂਗੇ ਅਸੀਂ ਆਹ ਨਹੀਂ ਕਹਾਉਣ ਦੇਵਾਂਗੇ ਉਹ ਕੀ ਕਰਦੇ ਨੇ ਜੇ ਉਹ ਪਿੱਛੇ ਹਟੇ ਨੇ ਮਨਿਆਣੀ ਸਾਹਿਬ ਇੱਕ ਹੋਰ ਵੀ ਆ ਕਿ ਜਿਹੜਾ ਆਪਣਾ ਦਲਜੀਤ ਚੀਮਾ ਵਾ ਇਹਨਾਂ ਦਾ ਅਕਾਲੀ ਦਲ ਦਾ ਜਿਹੜਾ ਮੁੱਖ ਬੁਲਾਰਾ ਵੀ ਆ ਸਲਾਹਕਾਰ ਵੀ ਆ ਸਾਬਕਾ ਵਿੱਦਿਆ ਮੰਤਰੀ ਵੀ ਆ ਸੋ ਉਹਨੇ ਜਿਹੜਾ ਇੱਕ ਬਿਆਨ ਦਿੱਤਾ ਸੀਗਾ ਉਹ ਉਹਨੇ ਡੀ ਜੀ ਪੀ ਦੇ ਹੱਕ 'ਚ ਦਿੱਤਾ ਸੀਗਾ ਵੀ ਦੇਖੋ ਜੀ ਉਹਨੇ ਤਾਂ ਉਸ ਖਤਰੇ ਤੋਂ ਜਾਣੂ ਕਰਾਇਆ ਸੋ ਇਹ ਜਿਹੜਾ ਮਤਲਬ ਅਕਾਲੀ ਦਲ ਦੀ ਪੋਲਸੀ ਬਾਦਲ ਦਲ ਦੀ ਪੋਲਸੀ ਹੈ ਜਿਹੜਾ ਮਜੀਠੀਏ ਨੇ ਤਾਂ ਕਿਹਾ ਸੀ ਅਸੀਂ ਵਿਧਾਨ ਸਭਾ ਨਹੀਂ ਚੱਲਣ ਦੇਣੀ ਅਤੇ ਉਹ ਜਿਹੜਾ ਚੀਮਾ ਵਾ ਉਹ ਕਹਿੰਦਾ ਸੀ ਨਹੀਂ ਜੀ ਨਹੀਂ ਇਹ ਤਾਂ ਇਹਨੇ ਤਾਂ ਉਸ ਜਿਹੜਾ ਪਾਕਿਸਤਾਨ ਤੋਂ ਖਤਰਾ ਵਾ ਉਹਦੀ ਗੱਲ ਕੀਤੀ ਆ ਸੋ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਅਕਾਲੀ ਦਲ ਦੀ ਦਾ ਇਸ ਗੱਲ 'ਤੇ ਬੈਕ ਫੁੱਟ ਆਉਣਾ ਡੀ ਜੀ ਪੀ ਦੀ ਸੁਰੱਖਿਆ ਕਰਨੀ ਹੈ ਉਹ ਵੀ ਕਿਤੇ ਨਾ ਕਿਤੇ ਜਿਹੜਾ ਅੱਜ ਇਹਨਾਂ ਨੇ ਜੋ ਕੁਛ ਕਿਹਾ ਉਹਦੇ ਤੋਂ ਐਨ ਉਲਟੀ ਕੀਤਾ ਉਹਦੇ 'ਚ ਮੈਂ ਕਹਿਦਾ ਦਿਖਾਉਣ ਨੂੰ ਕੁਛ ਹੋਰ ਅਤੇ ਅਸਲ 'ਚ ਕੁਛ ਹੋਰ ਬਿਲਕੁਲ ਇਹ ਮਜੀਠੀਆ ਅਤੇ ਐਨ ਕੇ ਸ਼ਰਮਾ ਤਾਂ ਮੂਹਰੇ ਕਰਦੇ ਦਿਖਾਉਣ ਨੂੰ ਜੀ ਵੀ ਅਸੀਂ ਜੀ ਡੀ ਜੀ ਪੀ ਦੇ ਖਿਲਾਫ਼ ਕਾਹਨੂੰ ਬੋਲਿਆ ਤਾਂ ਸੋਨੀਆ ਗਾਂਧੀ ਦੇ ਖਿਲਾਫ਼ ਹੀ ਬੋਲਿਆ ਜੀ ਤਾਂ ਚਲੋ ਮਾੜਾ ਮੋਟਾ ਬੋਲਣਾ ਪੈਣਾ ਡੀ ਜੀ ਪੀ ਦੇ ਖਿਲਾਫ਼ ਡੀ ਜੀ ਪੀ ਦੇ ਖਿਲਾਫ਼ ਬੋਲ ਪਏ ਸੁਖਬੀਰ ਬਾਦਲ ਚੋਪਾ ਜੀ ਅਤੇ ਚੀਮੇ ਨੂੰ ਡੀ ਜੀ ਪੀ ਦੇ ਹੱਕ 'ਚ ਲਾ ਤਾ ਜੀ ਇਹ ਜਿਹੜਾ ਦਲਜੀਤ ਸਿੰਘ ਚੀਮਾ ਜੀ ਇਹ ਬਾਦਲ ਪਰਿਵਾਰ ਤੋਂ ਜਿਹੜਾ ਬਾਹਰ ਜੇ ਨਿਕਲੀਏ ਤਾਂ ਇਹ ਉਹਨਾਂ ਦਾ ਨੰਬਰ ਇੱਕ ਬਿਲਕੁਲ ਜੋ ਅਸਲ 'ਚ ਬਾਦਲਾਂ ਦਾ ਜਾਣੀ
ਇਹਦਾ ਬਿਆਨ ਬਾਦਲਾਂ ਦਾ ਬਿਆਨ ਮੰਨਿਆ ਜਾਂਦਾ ਬਿਆਨ ਬਿਲਕੁਲ ਬਿਲਕੁਲ ਤੇ ਅਸੀਂ ਤਾਂ ਦੇਖੋ ਡੀਜੀਪੀ ਦੇ ਹੱਥ 'ਚ ਤੇ ਬਾਹਰ ਜਾਣੀ ਲੋਕ ਦਿਖਾਵੇ ਨੂੰ ਮਜੀਠੀਆਂ ਨੂੰ ਮੂਹਰੇ ਕਰਦੇ ਠੀਕ ਹੈ ਮਤਲਬ ਲੋਕਾਂ ਦੀਆਂ ਅੱਖਾਂ 'ਚ ਇੱਕ ਘੱਟਾ ਪਾਉਣ ਵਾਲੀ ਗੱਲ ਹੈ ਇੱਕ ਪਾਸੇ ਵਿਰੋਧ ਵੀ ਕਰ ਲਿਆ ਇੱਕ ਪਾਸੇ ਉਹਦੇ ਹੱਕ 'ਚ ਵੀ ਆ ਗਏ ਸੋ ਅੰਦਰੀ ਅੰਦਰੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਖਿਚੜੀ ਆ ਉਹ ਤਾਂ ਜਿਹੜੀ ਅਜੀਤ ਡਿਪਾਲ ਮੋਦੀ ਆ ਕੈਪਟਨ ਆ ਅਤੇ ਬਾਦਲ ਕੇ ਆ ਇਹਨਾਂ ਦੇ ਵਿਚਕਾਰ ਜਿਹੜੀ ਖਿਚੜੀ ਪੱਕੀ ਆ ਹੋਣਾ ਤਾਂ ਉਹੀ ਕੁਛ ਆ ਸੋ ਮਡਿਆਣੀ ਸਾਹਿਬ ਜਿਵੇਂ ਕਿਹਾ ਜਾਂਦਾ ਵੀ ਸਿੱਖ ਕੌਮ ਆ ਜਿਹੜੀ ਇਹਨਾਂ ਨੂੰ ਤਾਂ ਚੜ੍ਹਦੇ ਸੂਰਜ ਆ ਜਿਹੜੀ ਕੋਈ ਨਾ ਕੋਈ ਨਵੀਂ ਮੁਹਿੰਮ ਆ ਜਿਹੜੀ ਉਹ ਸਾਹਮਣੇ ਆ ਜਾਂਦੀ ਆ ਸੋ ਅੱਜ ਜਦੋਂ ਇੱਕ ਪਾਸੇ ਸਾਡੇ ਜਿਹੜੇ ਉਹ ਪਵਿੱਤਰ ਪਾਵਨ ਗੁਰਧਾਮ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 17 ਸਾਲ ਲਗਾਤਾਰ ਅਥੀ ਕਿਰਤ ਦਾ ਸੁਨੇਹਾ ਜਿਹੜਾ ਦਿੱਤਾ ਸਿੱਖਾਂ ਦੇ ਲਈ ਬੜੀ ਪਾਵਨ ਪਵਿੱਤਰ ਸਥਾਨ ਆ ਉਹ ਅਤੇ 70 ਸਾਲ ਦੀਆਂ ਅਰਦਾਸਾਂ ਤੋਂ ਬਾਅਦ ਉਹਦਾ ਜਿਹੜਾ ਦਰਸ਼ਨ ਦਾ ਦਾਰੇ ਦਾ ਮੌਕਾ ਮਿਲਿਆ ਉਹਦੇ 'ਤੇ ਵੀ ਇਹ ਇਹਨਾਂ ਲੋਕਾਂ ਨੇ ਆ ਕੇ ਪ੍ਰਸ਼ਨ ਚਿੰਨ ਲਾ ਤਾ ਸਿੱਖਾਂ ਦੇ ਜਿਹੜੀਆਂ ਭਾਵਨਾਵਾਂ ਸੀ ਉਹਨਾਂ ਨੂੰ ਠੇਸ ਪਹੁੰਚਾ ਤੀ ਇਸੇ ਤਰ੍ਹਾਂ ਜਿਹੜਾ ਮਤਲਬ ਪਹਿਲਾਂ ਗੁਜਰਾਤ ਦੇ ਵਿੱਚ ਆਪਾਂ ਦੇਖਿਆ ਕਿ ਉੱਥੇ ਦੇ ਜਿਹੜੇ ਸਿੱਖ ਜਿਹੜੇ ਵਸਾਏ ਗਏ ਸੀਗੇ ਜਦੋਂ ਸਿਰਾਂ ਦੀਆਂ ਸੱਪਾਂ ਦੀਆਂ ਸਿਰੀਆਂ ਮੱਝਣੀਆਂ ਨੇ ਜਦੋਂ ਮਤਲਬ ਭੁੱਖੇ ਭਾਣੇ ਉਹ ਧਰਤੀ ਨੂੰ ਆ ਜਿਹੜਾ ਉਹ ਖੁਸ਼ਹਾਲ ਬਣਾਉਣਾ ਵਾ ਉਪਜਾਊ ਬਣਾਉਣਾ ਉਦੋਂ ਤਾਂ ਸਿੱਖਾਂ ਨੂੰ ਆਵਾਜ਼ ਮਾਰੀ ਜਾਂਦੀ ਆ ਗੁਜਰਾਤ 'ਚ ਵੀ ਲੈ ਕੇ ਗਏ ਅਤੇ ਉਹ ਤੋਂ ਸਭ ਤੋਂ ਵੱਧ ਸਿੱਖਾਂ ਨੂੰ ਲੈ ਕੇ ਗਏ ਤਰਾਈ ਦੇ ਜੰਗਲਾਂ 'ਚ ਸੋ ਉੱਥੇ ਸਿੱਖਾਂ ਨੇ ਸੱਪਾਂ ਦੇ ਨਾਲ ਵੀ ਮੌਤ ਹੋਈ ਸ਼ੇਰਾਂ ਨੇ ਵੀ ਮਾਰਿਆ ਮੱਛਰਾਂ ਨੇ ਵੀ ਮਾਰਿਆ ਮਤਲਬ ਕੋਈ ਦੁੱਖ ਤਕਲੀਫਾਂ ਦਾ ਅੰਤ ਨਹੀਂ ਰਿਹਾ ਪਰੰਤੂ ਉਹ ਦੁੱਖ ਤਕਲੀਫਾਂ ਝੱਲ ਕੇ ਵੀ ਸਿੱਖਾਂ ਨੇ ਉਸ ਤਰਾਈ ਦੇ ਜੰਗਲ ਨੂੰ ਆਬਾਦ ਜਿਹੜੀ ਆ ਜ਼ਮੀਨ ਆ ਅੱਜ ਅਸੀਂ ਗੱਲ ਕਰਦੇ ਹਾਂ ਕਿ ਜੇ ਇਹ ਯੂਪੀ ਦੇ ਵਿੱਚ ਜਾਂ ਹੁਣ ਜਿੱਥੇ ਉੱਤਰਾਖੰਡ ਦੇ ਵਿੱਚ ਸਭ ਤੋਂ ਉਪਜਾਊ ਜ਼ਮੀਨਾਂ ਤੋਂ ਤਰਾਈ ਦੀ ਆ ਸੋ ਅੱਜ ਹੁਣ ਸਰਕਾਰ ਨੂੰ ਉਹ ਜ਼ਮੀਨ ਆ ਜਿਹੜੀ ਉਹ ਚੁਭਣ ਲੱਗ ਪਈ ਆ ਤਰਾਈ ਦੀ ਜ਼ਮੀਨ ਜਿਹੜੀ ਸਿੱਖਾਂ ਦੇ ਕੋਲ ਆ ਉਹ ਚੁਭਣ ਲੱਗ ਗਈ ਆ ਸੋ ਲੀਜ਼ ਦਾ ਬਹਾਨਾ ਬਣਾ ਕੇ ਕਿ ਤੁਹਾਡੀ ਲੀਜ਼ ਖਤਮ ਹੋ ਰਹੀ ਆ ਅਤੇ ਸਿੱਖਾਂ ਨੂੰ ਉਹ ਜ਼ਮੀਨ ਆ ਜਿਹੜੀ ਉਹਦੇ ਤੋਂ ਆਪਦਾ ਕਬਜ਼ਾ ਛੱਡਣ ਦੇ ਹੁਕਮ ਆ ਜਿਹੜੀਆਂ ਹਦਾਇਤਾਂ ਨੇ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਮਤਲਬ ਸਿੱਖਾਂ ਦਾ ਬੋਰੀਆ ਬਿਸਤਰਾ ਜਿਹੜਾ ਉਹ ਬਣਾਉਣ ਦੀਆਂ ਤਿਆਰੀਆਂ ਕਰਾਤੀਆਂ ਸੋ ਜਿੰਨਾ ਸਿੱਖਾਂ ਨੇ ਮਤਲਬ ਜਿਹੜੀ ਮੈਂ ਗੱਲ ਕੀਤੀ ਆ ਇੰਨੇ ਦੁੱਖ ਤਕਲੀਫਾਂ ਦੇ ਵਿੱਚ ਉਹ ਜ਼ਮੀਨ ਨੂੰ ਉਪਜਾਊ ਬਣਾਇਆ ਇਸ ਦੇਸ਼ ਦੇ ਅੰਨ ਭੰਡਾਰ ਨੂੰ ਭਰਿਆ ਅੱਜ ਉਹਨਾਂ ਸਿੱਖਾਂ ਦਾ ਉਜਾੜਾ ਉਹਨਾਂ ਦੇ ਸਿਰਾਂ 'ਤੇ ਮੰਡਰਾ ਰਿਹਾ ਇਹਦੇ ਬਾਰੇ ਕੀ ਹੈ ਤੁਹਾਡੀ ਜਾਣਕਾਰੀ ਜੀ ਉਜਾੜਾ ਜੀ ਉਹਨਾਂ ਨੂੰ ਬਕਾਇਦਾ ਨੋਟਿਸ ਆ ਗਏ ਨੇ ਅੱਛਾ ਤੁਹਾਡਾ ਲੀਜ਼ ਦਾ ਟਾਈਮ ਖਤਮ ਹੋ ਗਿਆ ਜੀ ਤੇ ਹੁਣ ਇਹਨਾਂ ਨੂੰ ਜ਼ਮੀਨ ਨੂੰ ਖਾਲੀ ਕਰੋ ਜੀ ਇਹ ਜਿੱਥੋਂ ਤੱਕ ਮੈਨੂੰ ਖਬਰ ਆਈ ਹੈ ਜੀ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਤਹਿਸੀਲ ਬਾਜਪੁਰ ਜੀ ਉੱਥੋਂ ਦੇ 5000 ਏਕੜ ਦੇ ਮਾਲਕ ਜਿਹੜੇ ਕਿਸਾਨਾਂ ਨੂੰ ਨੋਟਿਸ ਆ ਗਿਆ 5000 ਏਕੜ ਜ਼ਮੀਨ ਖਾਲੀ ਕਰਾਈ ਜਾਓ ਹਾਂਜੀ ਜੀ ਪਹਿਲੇ ਚੱਟੇ ਪਹਿਲੇ ਚ ਕਿਹਾ ਗਿਆ ਕਿ ਜਿਹੜਾ ਜਿਹਨਾਂ ਨੂੰ ਜ਼ਮੀਨ ਅਲਾਟ ਹੋਈ ਸੀਗੀ ਜੀ ਤੁਸੀਂ ਉਹਨਾਂ ਤੋਂ ਖਰੀਦੀ ਆ ਤੇ ਉਹਨਾਂ ਦੀ ਜਿਹੜੀ ਲੀਜ਼ ਆ ਉਹ ਖਤਮ ਹੋਈ 1920 ਸ਼ੁਰੂ ਹੋਈ ਸੀ ਤੇ 2019 ਚ ਆ ਕੇ ਉਹ ਖਤਮ ਹੋ ਗਈ ਤੇ ਹੁਣ ਤੁਸੀਂ ਭੱਜੋ ਇੱਥੋਂ ਜੀ ਤੇ ਉੱਥੋਂ ਦੇ ਜਿਹੜੇ ਐਸਡੀਐਮ ਵਗੈਰਾ ਨੇ ਤਾਂ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਉਹਨਾਂ ਨੂੰ ਤਾਂ ਕਹਿਤਾ ਜੀ ਉੱਪਰੋਂ ਹੁਕਮ ਨੇ ਜੀ ਤੇ ਕੋਈ ਹੋਰ ਜਿਹੜੇ ਵਪਾਰੀ ਤਬਕਾ ਜਿਹੜੇ ਬਾਜਪੁਰ ਟਾਊਨ ਦੇ ਵਿੱਚ ਬੈਠੇ ਸੀਗੇ ਲੋਕ ਦੁਕਾਨਾਂ ਬਣਾ ਕੇ ਆਪਣੇ ਘਰ ਬਣਾ ਕੇ ਜਿਹੜੇ ਹਿੰਦੂ ਲੋਕ ਬੈਠੇ ਉਹ ਜਦੋਂ ਸੀਐਮ ਨੂੰ ਜਾ ਕੇ ਮਿਲੇ ਤਾਂ ਉਹਨੇ ਕਿਹਾ ਵੀ ਕੋਈ ਨਾ ਅਸੀਂ ਇਹਦਾ ਕੋਈ ਹੱਲ ਕੱਢਦੇ ਹਾਂ ਤੇ ਤਰਾਈ ਦੇ ਵਿੱਚ ਇਹ ਅੱਜ ਤੋਂ ਨਹੀਂ ਇਹ ਬੜੇ 30-40 ਸਾਲ ਤੋਂ ਲਗਾਤਾਰ ਇਹ ਕੋਸ਼ਿਸ਼ਾਂ ਹੋ ਰਹੀਆਂ ਨੇ ਜ਼ਮੀਨ ਤੋਂ ਬੇਦਖਲ ਕਰਨ ਦੀ ਕਦੇ ਕੋਈ ਕਾਨੂੰਨ ਬਣਾਇਆ ਜਾ ਰਿਹਾ ਕਦੇ ਕੋਈ ਕਾਨੂੰਨ ਬਣਾਇਆ ਜਾ ਰਿਹਾ
ਹੁਣ ਇਹ ਤਾਂ ਹੋ ਗਈ ਉਸ ਜ਼ਮੀਨ ਦੀ ਗੱਲ ਜਿਹੜੀ 1920 ਦੇ ਵਿੱਚ ਕਿਸੇ ਸੂਰੀ ਪਰਿਵਾਰ ਨੂੰ ਗੌਰਮੈਂਟ ਨੇ ਲੀਜ਼ 'ਤੇ ਦਿੱਤੀ ਸੀ 99 ਸਾਲਾਂ. ਅੱਛਾ. ਉਹਨਾਂ ਤੋਂ ਜਿਹੜੇ ਕਿਸਾਨਾਂ ਨੇ ਖਰੀਦੀ ਉਹਨਾਂ ਨੂੰ ਕਿਹਾ ਗਿਆ ਵੀ ਇਹਦਾ ਜਿਹੜਾ ਮੁੱਢਲਾ ਲੀਜ਼ ਹੋਲਡਰ ਸੀ ਉਹਦੀ ਜਿਹੜੀ ਲੀਜ਼ ਖਤਮ ਆ ਅਤੇ ਇਸ ਕਰਕੇ ਤੁਹਾਡਾ ਵੀ ਸਭ ਕੁਛ ਖਤਮ ਆ. ਅਤੇ ਇਹਦੇ ਨਾਲ ਜਿਹੜੇ ਬਾਕੀ ਕਿਸਾਨ ਸਿੱਧੇ ਪੰਜਾਬ ਤੋਂ ਲਿਜਾ ਕੇ ਭਾਰਤ ਸਰਕਾਰ ਨੇ ਨਹਿਰੂ ਉਹਨਾਂ ਨੇ ਵਸਾਏ ਸੀ 48 ਤੋਂ ਲੈ ਕੇ 50 ਤੱਕ ਉਹਨਾਂ ਦੀ ਅਲਾਟਮੈਂਟ ਹੋਈ ਸੀ. ਦੇਖੋ ਤੇ ਉਹਦਾ ਵੀ 27-28 ਸਾਲ ਦਾ ਟਾਈਮ ਰਹਿ ਗਿਆ. ਹਾਂ ਵੈਸੇ ਉਸ ਤੋਂ ਬਾਅਦ ਉਹਨਾਂ ਦੀ ਵਾਰੀ ਆ ਗਈ. ਉਹਨਾਂ ਨੂੰ ਫਿਕਰ ਰਹਿ ਗਿਆ ਵੀ ਜਿਹੜੀ ਅਗਲੀ ਪੀੜ੍ਹੀ ਆ ਉਹਨਾਂ ਨੂੰ ਦਖਲ ਕਰਨਗੇ. ਤੁਸੀਂ ਦੇਖੋ ਕਿਤੇ ਹਿੰਦੁਸਤਾਨ ਦੇ ਹੋਰ ਸੂਬੇ 'ਚ ਜਿੱਥੇ ਸਿੱਖ ਨਹੀਂ ਬੈਠੇ ਕਿਤੇ ਇਹੋ ਜਿਹਾ ਕਾਨੂੰਨ ਲਾਗੂ ਨਹੀਂ ਹੋਇਆ. ਜੇ ਹੁਣ ਦੇਖੋ ਕੋਈ 100 ਸਾਲ ਤੋਂ ਜਾਂ 99 ਸਾਲ ਤੋਂ ਬਾਹਰ ਆ ਤਾਂ ਉਹਦੀਆਂ 4 ਪੁਸ਼ਤਾਂ ਹੋਣੀਆਂ ਉੱਥੇ. ਬਿਲਕੁਲ ਸ਼ੱਕ ਨਹੀਂ. ਹੁਣ 4 ਪੁਸ਼ਤਾਂ ਤੋਂ ਕੋਈ ਉੱਥੇ ਬੈਠਾ ਜੀ ਅਤੇ ਮਰਿਆਣੀ ਸਾਹਿਬ ਇਹੀ ਮਸਲਾ ਆਪਣਾ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਵੀ ਗੁਜਰਾਤ 'ਚ ਵੀ ਆਇਆ ਸੀ ਗੁਜਰਾਤ ਸਰਕਾਰ ਆ ਜਿਹੜੀ ਉਦੋਂ ਮਤਲਬ ਲਾਲ ਬਹਾਦਰ ਸ਼ਾਸਤਰੀ ਦੇ ਵੇਲੇ ਸਿੱਖਾਂ ਨੂੰ ਉੱਥੇ ਗੁਜਰਾਤ 'ਚ ਲਿਜਾ ਕੇ ਵਸਾਇਆ ਗਿਆ ਕਿ ਆ ਜ਼ਮੀਨ ਆ ਜਿਹੜੀ ਇਹਨੂੰ ਉਪਜਾਊ ਬਣਾਓ ਅਤੇ ਉਹੀ ਮਸਲਾ ਜਿਹੜਾ ਇਹ ਤਰਾਈ ਦੇ ਖੇਤਰ ਦਾ. ਸੋ ਇਹ ਲਗਾਤਾਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹੋਰ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਵੀ ਜਿਹੜੀ ਹੈ ਸਰਕਾਰ ਇਸ ਤਰ੍ਹਾਂ ਦੀਆਂ ਜ਼ਮੀਨਾਂ ਅਲਾਟ ਕਰਦੀ ਆ ਉਹਨਾਂ ਨੂੰ ਵਾਪਸ ਲੈਣ ਦਾ ਅਜੇ ਤੱਕ ਸਾਡੇ ਕੋਲ ਕੋਈ ਉਦਾਹਰਣ ਨਹੀਂ ਹੈ ਕਿ ਜਿਹੜੀ ਜ਼ਮੀਨ ਸਰਕਾਰ ਨੇ ਇੱਕ ਵਾਰ ਅਲਾਟ ਕਰਾਤੀ ਆ ਉਹ ਵਾਪਸ ਲੈ ਲਈ ਹੋਵੇ. ਸੋ ਇਹ ਸਾਰਾ ਕੁਝ ਸਿੱਖਾਂ ਨਾਲ ਹੀ ਕਿਉਂ ਵਾਪਰ ਰਿਹਾ ਅਤੇ ਆਖਰ ਨੂੰ ਸਿੱਖ ਇਸੇ ਤਰ੍ਹਾਂ ਕਿੰਨੀ ਕੁ ਦੇਰ ਕਦੇ ਉਹਨਾਂ ਨੂੰ ਉਜਾੜ ਕੇ ਇੱਧਰ ਕਰਤਾ ਕਦੇ ਉਜਾੜ ਕੇ ਇੱਧਰ ਕਰਤਾ ਇਹ ਕਿਵੇਂ ਕਿੰਨੀ ਕੁ ਦੇਰ ਇਹਨੂੰ ਚੱਲਦੇ ਰਹਿਣਗੇ. ਉੱਤਰਾਖੰਡ ਸੂਬਾ ਬਣਦਾ ਸੀ ਅੱਜ ਤੋਂ 20 ਸਾਲ ਪਹਿਲਾਂ ਉਦੋਂ ਉੱਥੇ ਸਿੱਖਾਂ ਨੇ ਰੌਲਾ ਪਾਇਆ ਵੀ ਹਾੜੇ ਸਾਨੂੰ ਵਿਚਾਰੋ ਜੇ ਸਾਨੂੰ ਇਹਨਾਂ ਨੇ ਆ ਜਿਹੜਾ ਊਧਮ ਸਿੰਘ ਨਗਰ ਜ਼ਿਲ੍ਹਾ ਉੱਤਰਾਖੰਡ 'ਚ ਭੇਜਿਆ ਤਾਂ ਸਾਨੂੰ ਇਹ ਤੰਗ ਕਰਨਗੇ ਸਾਨੂੰ ਬਦਖਲ ਕਰਨਗੇ. ਤਾਂ ਬਾਦਲ ਸਾਹਿਬ ਨੇ ਉਦੋਂ ਉਹਨਾਂ ਨੂੰ ਮਰਦੀ ਦੇ ਬੂਥੇ ਧੱਕਿਆ. ਉਦੋਂ ਬਾਦਲ ਸਾਹਿਬ ਦੇ ਬਿਲਕੁਲ ਹੱਥ ਸੀ ਇਸ ਚੀਜ਼ ਨੂੰ ਬਚਾ ਲੈਂਦੇ. ਜਦੋਂ ਵਾਜਪੇਈ ਵੇਲੇ ਪਹਿਲਾਂ ਇਹ 98 'ਚ ਬਿੱਲ ਪੇਸ਼ ਹੋਇਆ ਉਦੋਂ ਵਾਜਪੇਈ ਦੀ ਸਰਕਾਰ ਦੀ ਜਿਹੜੀ ਮੈਜੋਰਟੀ ਸਿਰਫ 1 ਵੋਟ ਦੀ ਸੀ. ਬਿਲਕੁਲ. ਅਕਾਲੀ ਦਲ ਦੀਆਂ ਵੋਟਾਂ 9 ਸੀ. ਉਹ ਸ਼ਰਤ ਰੱਖ ਸਕਦੇ ਸੀ ਵੀ ਆਹ ਸ਼ਰਤ ਰੱਖੋ ਅਸੀਂ ਤੁਹਾਨੂੰ ਤਾਂ ਸਪੋਰਟ ਕਰਦੇ ਜੀ. ਪਰ ਇਹਨਾਂ ਨੇ ਤਾਂ ਇਹ ਸੀ ਵੀ ਬਿਨਾਂ ਸ਼ਰਤ ਹਮੈਤ ਭੱਜੇ ਗਏ ਸੀ ਆਪ ਭੱਜੇ ਗਏ. ਅੱਜ ਤੱਕ ਉਹ ਜਿਹੜੀ ਬਿਨਾਂ ਸ਼ਰਤ ਵਾਲੀ ਗੱਲ ਚੱਲਦੀ ਤੇ ਹੁਣ ਜਿਹੜੀ ਇਸ ਉਹਨਾਂ ਦੀ ਨੁਮਾਇੰਦਾ ਜਮਾਤ ਆ ਜੇ ਉਹ ਨਹੀਂ ਉਹਨਾਂ ਦੀ ਬਾਂਹ ਫੜਦੀ ਤਾਂ ਫਿਰ ਇਹੀ ਕੁਛ ਹੋਣਾ ਜਿਹੜਾ ਕੁਛ ਹੋਇਆ. ਮਨੇਜ ਸਾਹਿਬ ਵੀ ਤਾਂ ਠੀਕ ਹੈ ਕਿ ਸਾਡੀ ਨੁਮਾਇੰਦਾ ਜਮਾਤ ਆ ਜਿਹੜੀ ਉਹ ਨੁਮਾਇੰਦਾ ਰਹੀ ਹੋਈ ਨਹੀਂ. ਉਹ ਤਾਂ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਜਿਹੜੇ ਸਿੱਖਾਂ ਦੇ ਦੁਸ਼ਮਣ ਆ ਉਹ ਤਾਂ ਉਹਨਾਂ ਦੀ ਝੋਲੀ ਪਈ ਆ ਕਦੇ ਉਹਨਾਂ ਨਾਲ 9 ਮਾਸ ਦਾ ਰਿਸ਼ਤਾ ਕਦੇ ਪਤਨੀ ਪਤਨੀ ਦਾ ਪਤਨੀ ਕਿਹੜਾ ਕਿਹੜਾ ਰਿਸ਼ਤਾ ਉਹਨਾਂ ਨਾਲ ਜੋੜਦੇ ਰਹਿੰਦੇ ਨੇ. ਪਰੰਤੂ ਆਖਰ ਨੂੰ ਇਹ ਜਿਹੜਾ ਸਿੱਖਾਂ ਦੇ ਨਾਲ ਇਸ ਦੇਸ਼ ਦੇ ਵਿੱਚ ਬੇਇਨਸਾਫੀ ਧੱਕੇਸ਼ਾਹੀ ਵਿਤਕਰੇਬਾਜ਼ੀ ਹੋ ਰਹੀ ਆ ਇਹ ਜੇ ਨਹੀਂ ਰੁਕਣੀ ਤਾਂ ਫਿਰ ਸਿੱਖਾਂ ਨੂੰ ਜੇ ਸਿੱਖ ਇਹਦਾ ਵਿਰੋਧ ਕਰਦੇ ਨੇ ਤਾਂ ਫਿਰ ਉਹਨਾਂ 'ਤੇ ਅੱਤਵਾਦੀ ਆ ਜਿਹੜਾ ਵੱਖਵਾਦੀ ਦਾ ਫੱਟਾ ਉਹ ਲਾ ਦਿੱਤਾ ਜਾਂਦਾ. ਉਹੀ ਹੈ ਵੀ ਉਹ ਤਾਂ ਵੀ ਤੁਸੀਂ ਵਿਰੋਧ ਕਰਨ ਜੋਗੇ ਵੀ ਨਹੀਂ ਛੱਡਣੇ ਜੀ. ਇੱਥੋਂ ਤੱਕ ਜਿਹੜੇ ਕੁੱਟਣਾ ਵੀ ਆ ਰੋਣ ਵੀ ਨਹੀਂ ਦੇਣਾ ਸਿੱਖਾਂ ਦੀ ਹੈਸੀਅਤ ਇੱਥੇ ਲਿਆ ਕੇ ਖੜੀ ਕਰਦੀ ਕੁੱਟਾਂਗੇ ਵੀ ਰੋਣ ਨਹੀਂ ਦੇਣਾ.
ਤੋ ਮੰਡੈਣ ਸਾਹਿਬ ਆ ਜਿਹੜੀ ਇੱਕ ਵੱਡੀ ਅਹਿਮ ਖਬਰ ਆ ਜਿਹੜੀ ਕਿ ਜਿਹੜੀ ਤਰਾਈ ਦੇ ਖੇਤਰ ਦੇ ਵਿੱਚ ਸਿੱਖਾਂ ਨੂੰ ਉਜਾੜਿਆ ਜਾ ਰਿਹਾ, ਉਹਨਾਂ ਦੀ ਜ਼ਮੀਨਾਂ ਨੇ ਜਿਹੜੀਆਂ ਖੋਹੀਆਂ ਜਾ ਰਹੀਆਂ ਨੇ, ਸੋ 5000 ਏਕੜ ਤਾਂ ਇਸ ਵੇਲੇ ਆ ਜਿਹੜਾ ਉਹਦੇ ਹਾਂ ਉਹ ਤਾਂ ਪਹਿਲੀ ਝੁੱਟੇ ਹੋ ਹੀ ਗਿਆ, ਉਹ ਤੋਂ ਬਾਅਦ ਆ ਜਿਹੜਾ ਉਹ ਜਿਹੜਾ 2048 ਦੇ ਵਿੱਚ ਜਿਹੜਾ ਪੱਧਰ ਇਸ ਤੋਂ ਮੇਰਾ ਖਿਆਲ ਕਿੰਨੇ ਗੁਣਾ ਵੱਧ ਆ ਜਿਹੜੀ ਉਹ ਫਸਲ ਜਿਹੜੀ ਖੇਤੀਬਾੜੀ ਕਰ ਰਹੇ ਆ ਜਿਹੜੇ ਸਾਡੇ ਪੰਜਾਬ ਦੇ ਕਿਸਾਨ, ਉਹਨਾਂ ਤੋਂ ਫਸਲ ਪੂਰੀ ਜਾਣੀ ਆ, ਜਿਹੜਾ ਤਰਾਈ ਦੇ ਇਲਾਕੇ 'ਚ ਜਿਹੜਾ ਵੀ ਪੰਜਾਬ ਤੋਂ ਗਿਆ ਕਿਸਾਨ ਆ ਉਹ ਸਾਰਿਆਂ ਨੂੰ ਉਜਾੜਿਆ ਜਾਊਗਾ। ਸੋ ਜੇ ਅਸੀਂ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਉਹਨਾਂ ਨੇ ਅੱਜ ਦੀ ਤਰੀਕ ਦੇ ਵਿੱਚ ਇਹ ਫਰਮਾਨ ਜਾਰੀ ਹੋਇਆ, ਜੇ ਅਸੀਂ ਇਹਦਾ ਮੁਕਾਬਲਾ ਨਹੀਂ ਕਰਦੇ ਤਾਂ ਫਿਰ ਤਾਂ ਮਤਲਬ ਸਾਰੀ ਤਿਆਰੀ ਹੋਈ ਆ, ਅਸੀਂ ਉਹਨੂੰ ਰੋਕ ਹੀ ਨਹੀਂ ਸਕਦੇ ਕਿਸੇ ਤਰ੍ਹਾਂ। ਤੁਹਾਨੂੰ ਕੀ ਲੱਗਦਾ ਵੀ ਕੋਈ ਸਾਡੇ ਕੋਲ ਹੱਲ ਹੈ ਜਿਸ ਹੱਲ ਦੇ ਨਾਲ ਇਹ ਜਿਹੜਾ ਸਿੱਖਾਂ ਦਾ ਉਜਾੜਾ ਉਹਨੂੰ ਰੋਕਿਆ ਜਾ ਸਕਦਾ? ਜਿਹੜੇ ਬਾਦਲ ਕੇ ਨੇ ਉਹੀ ਉਹ ਬਿਨਾਂ ਸ਼ਰਤ ਉਹਨਾਂ ਦੀ ਝੋਲੀ ਪਏ ਪਏ ਨੇ, ਬਾਕੀ ਤਕਰੀਬਨ ਸਿੱਖ ਨੇ ਜਿਹੜੇ ਉਹਨਾਂ ਦਾ ਕੋਈ ਸਹਾਰਾ ਨਹੀਂ ਹੈ, ਕੋਈ ਰਾਸ਼ਟਰੀ ਸਹਾਰਾ ਉਹਨਾਂ ਕੋਲ ਹੈ ਨਹੀਂ, ਇਸ ਕਰਕੇ ਉਹ ਬਗਾਨਿਆਂ ਦੇ ਜਾਂ ਸਿੱਖ ਦੁਸ਼ਮਣ ਤਾਕਤਾਂ ਦੇ ਰਹਿਮੋ ਕਰਮ ਤੇ ਆ ਗਏ ਨੇ। ਅਤੇ ਉਹਨਾਂ ਨੇ ਸਾਡੇ ਨਾਲ ਕੀ ਰਹਿਮੋ ਕਰਨਾ? ਅਤੇ ਜਿਹੜੀ ਸਾਡੇ ਸਾਹਮਣੇ ਗੱਲ ਆ ਕੀ ਆ ਕਿ ਤਰਾਈ ਦੇ ਖੇਤਰ ਦੇ ਵਿੱਚ ਜਿਹੜੇ ਸਿੱਖ ਨੇ ਜਿਨ੍ਹਾਂ ਨੇ ਉੱਥੋਂ ਦੀਆਂ ਜ਼ਮੀਨਾਂ ਆਵਾਜ਼ ਦਿੱਤੀਆਂ ਨੇ, ਅੱਜ ਉਜਾੜੇ ਦੀ ਤਲਵਾਰ ਆ ਜਿਹੜੀ ਉਹਨਾਂ ਦੇ ਸਿਰ 'ਤੇ ਲਟਕ ਰਹੀ ਆ, ਉਸ ਨੂੰ ਸਿੱਖ ਕੌਮ ਆ ਜਿਹੜੀ ਕਿਵੇਂ ਬਚਾ ਸਕਦੀ ਆ, ਇਸ ਸੰਬੰਧੀ ਅਸੀਂ ਤੁਹਾਡੇ ਰਾਹੀਂ ਸਾਰੇ ਹੀ ਜਿਹੜੇ ਕਾਨੂੰਨੀ ਮਾਹਰ ਨੇ ਜਾਂ ਜਿਹੜੇ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਮਾਹਰ ਲੋਕ ਨੇ ਉਹਨਾਂ ਤੋਂ ਜ਼ਰੂਰ ਸੁਝਾਅ ਮੰਗਾਂਗੇ ਕਿ ਸਿੱਖ ਕੌਮ ਇਸ ਵੇਲੇ ਉਹਨਾਂ ਆਪਣੇ ਭਰਾਵਾਂ ਦੀ ਕਿਵੇਂ ਸਹਾਇਤਾ ਕਰ ਸਕਦੀ ਹੈ ਜਿਨ੍ਹਾਂ ਦੇ ਸਿਰ 'ਤੇ ਉਜਾੜੇ ਦੀ ਹੋਈ ਆ, ਹੁਣ ਇਲੈਕਸ਼ਨ ਹੋਈ ਆ 19-19 ਤੋਂ ਪਹਿਲਾਂ ਹੋਈ ਸੀਗੀ ਇਹ 14 'ਚ, 14 'ਚ ਜਦੋਂ 14 'ਚ ਇਲੈਕਸ਼ਨ ਸੀ ਤਾਂ ਮੋਗੇ ਕੋਲੇ ਜਿਹੜੀ ਚਿਲੀ ਚਾਲਾ ਉੱਥੇ ਰੈਲੀ ਹੋਈ ਸੀ, ਮੋਦੀ ਸਾਹਿਬ ਆਏ ਸੀ, ਉੱਥੇ ਸਿੱਖਾਂ ਨੇ ਬਹੁਤ ਮੰਗ ਉਠਾਈ ਸੀ ਗੁਜਰਾਤ ਵਾਲੀ ਆ ਰਹੇ ਆ ਮੋਦੀ, ਤਾਂ ਉਦੋਂ ਐਡੀ ਰਾਤ ਦਾ ਸੀ ਐਮ ਸੀ ਵੀ ਇਹਦੇ ਮੂਹਰੇ ਮੰਗ ਰੱਖੋ ਵੀ ਉੱਥੋਂ ਸਿੱਖਾਂ ਨੂੰ ਨਾ ਜੋੜਿਆ ਜਾਵੇ। ਬਾਦਲ ਸਾਹਿਬ ਕਹਿੰਦੇ ਜੀ ਇਹਦਾ ਹੱਲ ਕੱਢਿਆ ਜਾਵੇ, ਕਹਿੰਦੇ ਵੀ ਹੱਲ ਕੀ ਕਰਨਾ, ਗੁਜਰਾਤ ਹਾਈ ਕੋਰਟ ਨੇ ਸਿੱਖਾਂ ਦੇ ਹੱਕ ਚ ਫੈਸਲਾ ਕਰਤਾ ਤੇ ਗੁਜਰਾਤ ਸਰਕਾਰ ਉਹਦੇ ਖਿਲਾਫ ਸੁਪਰੀਮ ਕੋਰਟ ਚ ਗਈ ਆ ਤੇ ਇੱਕ ਸਹੀ ਨਹੀਂ ਕਰਨੇ ਵੀ ਵਾਪਸ ਲੈ ਲੈਣੀ ਹੈ, ਅਰਜੀ ਵਾਪਸ ਲੈਣੀ ਹੈ। ਹਾਂਜੀ ਉਹ ਵਾਪਸ ਨਹੀਂ ਲੈਣੀ, ਹੋਰ ਹੱਲ ਤੁਸੀਂ ਕੀ ਲੱਭਦੇ ਹੋ? ਵੇਖੋ ਵੇਖੋ ਕਿੱਡਾ ਵੱਡਾ ਇਹ ਇੱਕ ਹਮਲਾ ਮਾਰਿਆ ਜੀ ਅਕਾਲੀ ਦਲ ਨੇ, ਉਹ ਜੀ ਅਖੇ ਜੀ ਸੁਪਰੀਮ ਕੋਰਟ ਚ ਉਹਨਾਂ ਦਾ ਵਕੀਲ ਦੀ ਫੀਸ ਅਸੀਂ ਦੇ ਦਾਂਗੇ, ਠੀਕ ਹੈ ਮੁਕੱਦਮਾ ਨੀ ਕਹਿਣਾ ਵੀ ਤੁਸੀਂ ਵਾਪਸ ਲੈ ਲਓ ਤੇ ਵਕੀਲ ਦੀ ਫੀਸ ਦੇ ਦਿਆ, ਸੋ ਜਦੋਂ ਮਤਲਬ ਰਾਖੇ ਹੀ ਇਹਨੇ ਬੇਈਮਾਨ ਹੋਣ ਜਿਹੜੀ ਆਪਾਂ ਕਹਿੰਦੇ ਹਾਂ ਬਾੜੀ ਖੇਤ ਨੂੰ ਖਾਣ ਲੱਗੀ ਹੋਈ ਹੋਵੇ ਤੇ ਫਿਰ ਉਸ ਖੇਤ ਦਾ ਕੀ ਬਣੂਗਾ ਜਿਹਦੇ ਰਾਖੇ ਹੀ ਉਸ ਕੌਮ ਦੇ ਦੁਸ਼ਮਣਾਂ ਦੇ ਨਾਲ ਰਲੇ ਹੋਏ ਹੋਣ, ਚੋਰਾਂ ਦੇ ਨਾਲ ਰਲੇ ਹੋਣ ਤੇ ਉਸ ਕੌਮ ਦਾ ਕੀ ਹੋਊਗਾ? ਸੋ ਇਹ ਸਾਡੀ ਇਸ ਕੌਮ ਦੀ ਸਾਡੀ ਸਿੱਖ ਕੌਮ ਦੀ
ਤਰਾਸਦੀ ਆ ਅਤੇ ਕਦੋਂ ਅਸੀਂ ਇਹਨਾਂ ਆਗੂਆਂ ਤੋਂ ਜਿਹੜੇ ਕੌਮ ਦੇ ਦੁਸ਼ਮਣ ਨੇ ਉਹਨਾਂ ਗਦਾਰਾਂ ਤੋਂ ਕਦੋਂ ਆਪਣੇ ਆਪ ਨੂੰ ਛੁਟਕਾਰਾ ਪਵਾਵਾਂਗੇ। ਸੋ ਇਹ ਕੌਮ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਆ। ਮਡਿਆਣੀ ਸਾਹਿਬ ਜਾਂਦੇ ਜਾਂਦੇ ਇੱਕ ਸਵਾਲ ਜਿਹੜਾ, ਕੱਲ੍ਹ ਕੈਪਟਨ ਸਾਹਿਬ ਨੂੰ ਇੱਕ ਦਿੱਲੀ ਦੇ ਵਿੱਚ ਅਵਾਰਡ ਦਿੱਤਾ ਗਿਆ ਆਦਰਸ਼ ਮੁੱਖ ਮੰਤਰੀ ਦਾ। ਸੋ ਇਹ ਖਬਰ ਪੜ੍ਹ ਕੇ ਕਿ ਦੇਸ਼ ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹਨੂੰ ਆਦਰਸ਼ ਮੁੱਖ ਮੰਤਰੀ ਮੰਨਿਆ ਗਿਆ, ਕੀ ਤੁਹਾਨੂੰ ਵੀ ਹਾਸਾ ਆਉਂਦਾ? ਇਹਦਾ ਮਤਲਬ ਉਹਦੇ ਜਿਹੜੇ ਜਿਹੜੇ ਸੰਸਥਾ ਨੇ ਅਵਾਰਡ ਦਿੱਤਾ ਜੀ, ਉਹ ਤਾਂ ਕਾਂਗਰਸ ਦੀ ਵਿਦਿਆਰਥੀ ਵਿੰਗ ਆ ਕੋਈ, ਖਬਰ ਤਾਂ ਫਿਰ ਜਿਵੇਂ ਜਿਵੇਂ ਆਦਰਸ਼ ਬਣਾ ਲਿਆ ਉਵੇਂ ਉਵੇਂ ਖਬਰ ਵੀ ਆ ਜਿਹੜੀ ਲੱਗ ਗਈ, ਤੁਹਾਨੂੰ ਪਤਾ ਹੀ ਆ ਵੀ ਖਬਰਾਂ ਕਿਵੇਂ ਲੱਗਦੀਆਂ ਨੇ। ਸੋ ਜਦੋਂ ਮਤਲਬ ਇਸ ਤਰ੍ਹਾਂ ਦਾ ਕੋਈ ਅਵਾਰਡ ਆ ਜਿਹੜਾ ਮਤਲਬ ਬਿਲਕੁਲ ਉਲਟ ਦਿੱਤਾ ਜਾਂਦਾ ਵਾ, ਮੈਂ ਹੱਦ ਦਰਜੇ ਦਾ ਝੂਠਾਂ ਅਤੇ ਮੈਨੂੰ ਹੱਦ ਦਰਜੇ ਦਾ ਸੱਚੇ ਦਾ ਅਵਾਰਡ ਮਿਲੇ। ਸੋ ਜਦੋਂ ਇਹੋ ਜਿਹੇ ਅਵਾਰਡ ਸਾਡੇ ਸਾਹਮਣੇ ਆਉਂਦੇ ਨੇ ਤਾਂ ਫਿਰ ਇਹਨਾਂ ਅਵਾਰਡਾਂ ਬਾਰੇ ਮਤਲਬ ਸਾਡੀ ਜਿਹੜੀ ਮੁੱਢਲੀ ਰਾਏ ਆ ਉਹ ਕੀ ਬਣਦੀ ਆ, ਅਤੇ ਉਸ ਰਾਏ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਮਤਲਬ ਝੂਠੇ ਅਵਾਰਡ ਦਿੱਤੇ ਜਾਂਦੇ ਆ ਉਹਨਾਂ 'ਤੇ ਕੀ ਪ੍ਰਭਾਵ ਪੈਂਦਾ? ਉਹ ਤਾਂ ਜੀ ਮਤਲਬ ਅਸਲੀ ਆਪਦਾ ਵਕਾਰੀ ਹੁੰਦੇ ਆ ਜੀ, ਕੱਲ੍ਹ ਨੂੰ ਜੇ ਕਿਸੇ ਨੂੰ ਸਹੀ ਅਵਾਰਡ ਵੀ ਮਿਲੂ ਉਹਨੂੰ ਲੋਕ ਐਂ ਸਮਝਣਗੇ ਇਹਨਾਂ ਦਾ ਕੀ ਹੈ ਜੀ, ਆਪ ਹੀ ਲੈ ਆਉਂਦੇ ਜੀ, ਕੋਈ ਜਾਣੀ ਬੁੱਕਤ ਗੁਆ ਦਿੰਦੇ ਆ ਇਹੋ ਜਿਹਾ ਸੰਸਥਾ ਜੀ। ਮਡਿਆਣੀ ਸਾਹਿਬ, ਇੱਕ ਢੱਡਰੀਆਂ ਵਾਲੇ ਨੇ ਪਹਿਲਾਂ ਵੀ ਬਿਆਨ ਦਿੱਤਾ ਸੀ, ਹੁਣ ਫਿਰ ਦੁਬਾਰਾ ਉਹ ਬਿਆਨ ਦਿੱਤਾ ਕਿ ਮੈਂ ਟੈਲੀਵਿਜ਼ਨ 'ਤੇ ਜਥੇਦਾਰ ਨੂੰ ਇਸ ਗੱਲ ਦਾ ਮਤਲਬ ਸੱਦਾ ਦਿੰਦਾ ਕਿ ਉਹ ਟੈਲੀਵਿਜ਼ਨ 'ਤੇ ਆ ਕੇ ਮੇਰੇ ਨਾਲ ਜਿਹੜੀ ਵੀ ਮਤਲਬ ਜਿਸ ਵੀ ਮੁੱਦੇ 'ਤੇ ਆ ਜਿਹੜੀ ਗੱਲਬਾਤ ਕਰਨੀ ਚਾਹੁੰਦਾ, ਮਤਲਬ ਬਹਿਸ ਕਰਨੀ ਚਾਹੁੰਦਾ, ਸਹੀ ਮਹੀਨੇ 'ਚ ਇਹੀ ਅਰਥ ਆ, 40 ਮਿੰਟ ਉਹ ਲਵੇ ਅਤੇ 20 ਮਿੰਟ ਮੈਂ ਲਊਂਗਾ। ਹੁਣ ਉਹਨੇ ਜਿਹੜਾ ਟਕਸਾਲੀ ਦਮਦਮੀ ਟਕਸਾਲ ਦਾ ਮੁਖੀ ਆ ਹਰਨਾਮ ਸਿੰਘ ਧੁੰਮਾ, ਉਹਨੂੰ ਵੀ ਇਸ ਤਰ੍ਹਾਂ ਦੀ ਇੱਕ ਚੁਣੌਤੀ ਆ ਜਿਹੜੀ ਦਿੱਤੀ ਆ। ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ, ਇੱਕ ਪਾਸੇ ਤਾਂ ਢੱਡਰੀਆਂ ਵਾਲੇ ਨੇ ਆਪਣੀਆਂ ਸਟੇਜਾਂ ਨੇ ਜਿਹੜੀਆਂ ਉਹ ਕਹਿੰਦਾ ਮੈਂ ਬੰਦ ਕਰਤੀਆਂ, ਮੈਂ ਨਹੀਂ ਚਾਹੁੰਦਾ ਕਿ ਮੇਰੇ ਜਿਹੜੇ ਦੀਵਾਨ ਲੱਗਦੇ ਆ ਉਹਨਾਂ ਕਰਕੇ ਕੋਈ ਖੂਨ ਖਰਾਬੇ ਵਾਲਾ ਮਾਹੌਲ ਪੈਦਾ ਹੋਵੇ। ਦੂਜੇ ਪਾਸੇ ਹੁਣ ਉਹਨੇ ਜਿਹੜਾ ਇੱਕ ਟੀਵੀ 'ਤੇ ਆ ਜਿਹੜਾ ਉਹਨਾਂ ਨੂੰ ਸੱਦਾ ਦਿੱਤਾ ਵਾ, ਜਥੇਦਾਰ ਨੂੰ ਵੀ ਦਿੱਤਾ ਵਾ, ਬਾਬਾ ਧੁੰਮਾ ਨੂੰ ਵੀ ਦਿੱਤਾ, ਕੀ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਉਹਦਾ ਸੱਦਾ ਦਿੱਤਾ, ਜਿਹਨਾਂ ਨੂੰ ਦਿੱਤਾ, ਜਦੋਂ ਇਹਨੂੰ ਸੱਦਾ ਦਿੱਤਾ ਜਾਂਦਾ ਸੀ ਇਹਨੇ ਨਹੀਂ ਸੀ ਪ੍ਰਵਾਨ ਕੀਤਾ, ਹੁਣ ਜਿਹਨਾਂ ਨੂੰ ਇਹਨੇ ਸੱਦਾ ਦਿੱਤਾ ਕੀ ਉਹ ਪ੍ਰਵਾਨ ਕਰਨਗੇ? ਇਹ ਮਤਲਬ ਇੱਥੇ ਰੈਸੀਪ੍ਰੋਕਲ ਵਾਲੀ ਗੱਲ ਨਹੀਂ, ਜਵਾਬੀ ਨਹੀਂ ਹੈ ਵੀ ਇਹਨੂੰ ਸੱਦਾ ਦਿੱਤਾ ਸੀ ਇਹ ਨਹੀਂ ਗਿਆ, ਉਹਨਾਂ ਨੂੰ ਦਿੱਤਾ ਉਹ ਨਹੀਂ ਗਿਆ ਜੀ। ਮਤਲਬ ਜੋ ਮੇਰਾ ਨਿੱਜੀ ਵਿਚਾਰ ਹੈ ਜੀ ਵੀ ਜੇ ਜਥੇਦਾਰ ਅਕਾਲ ਤਖ਼ਤ ਦੇ ਸੱਦੇ 'ਤੇ ਜਾਂਦਾ ਜੀ, ਉਹ ਅਕਾਲ ਤਖ਼ਤ ਦਾ ਵਕਾਰ ਨੀਵਾ ਕਰਨ ਵਾਲੀ ਗੱਲ ਹੋ, ਠੀਕ ਹੈ, ਕਿਉਂਕਿ ਅਕਾਲ ਤਖ਼ਤ ਜਥੇਦਾਰ ਦੇ ਰੁਤਬੇ ਨੂੰ ਜੀ ਚਾਹੇ ਉਹ ਮਾਲਾ ਦਾ ਕਿਉਂ ਨਾ ਥਾਪਿਆ ਹੋਵੇ ਜੀ, ਉਹਨੂੰ ਅਸੀਂ ਢੱਡਰੀ ਵਾਲੇ ਦੇ ਰੁਤਬੇ ਦੇ ਬਰਾਬਰ ਨਹੀਂ ਲਿਆ ਜੀ ਜੀ। ਤੇ ਨਾਲੇ ਇਹ ਕੀ ਗੱਲ ਆ ਮੇਰੇ ਸਾਹਮਣੇ, ਕੱਲ ਨੂੰ ਹੋਰ ਉੱਠ ਕਹਿ ਦੋ ਜਿੱਦਾਂ ਜਥੇਦਾਰ ਮੇਰੇ ਨਾਲ ਬਹਿਸ ਕਰੇ, ਕੋਈ ਤੀਜਾ ਹੋਰ ਕਹਿ ਦੋ, ਜਦੋਂ ਜਿਹੜੀ ਉਹ ਕਮੇਟੀ ਬਣਾਈ ਹੋਈ ਆ ਤੂੰ ਉਹਦੇ ਕੋਲ ਜਾ ਕੇ ਪੇਸ਼ ਹੋ ਜਾ, ਕਹਿੰਦਾ ਵੀ ਲਾਈਵ ਟੈਲੀਕਾਸਟ ਹੋ ਗਿਆ, ਸਾਰੇ ਆ ਟੈਲੀਫੋਨਾਂ ਤੇ ਆ ਜਾਂਦਾ ਅੱਜ ਕੱਲ੍ਹ ਸਾਰਾ ਕੁਛ ਜੀ ਜੀ, ਟੀਵੀ ਤੇ ਆ ਕੇ ਉਹ ਟੀਵੀ ਹੋਈ ਆ ਕੋਈ ਚਾਰ ਬੰਦੇ ਗੱਲਾਂ ਕਰਦੇ, ਉਹਨਾਂ ਦੀ ਮੂਵੀ ਬਣ ਰਹੀ ਆ ਜੀ, ਤੇ ਉਹ ਆਪਣੇ ਹਰ ਮੋਬਾਈਲ ਤੇ ਜਾ ਰਹੀ ਆ, ਸੋਸ਼ਲ ਮੀਡੀਆ ਤੇ ਲੋਡ ਹੋ ਰਹੀ ਆ, ਤੇ ਹਰ ਟੀਵੀ ਹੋਈ ਆ ਉਹ ਟੀਵੀ, ਕੋਈ ਸ਼ੱਕ ਨਹੀਂ, ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਨੇ ਕਮੇਟੀ ਬਣਾਈ ਹੋਈ ਆ, ਤੂੰ ਉਹਨਾਂ ਨਾਲ ਚਲਾ ਜਾ ਕੇ ਕਰ ਲੈ ਗੱਲਬਾਤ, ਉਹ ਤੇ ਚੈਨਲ ਤੇ ਆ ਕੇ ਸਮਝੋ ਜੀ, ਜੇ ਤੂੰ ਇੰਨੇ ਕਰਨਾ ਜੀ।
ਫਿਰ ਇਹ ਇਹ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਸਿਰਫ ਢੁੱਚਰ ਵਾਲੀ ਗੱਲ ਹੀ ਰਹੀ ਢੁੱਚਰ ਵਾਲੀ ਗੱਲ ਹੈ ਜੀ। ਦੇਖੋ ਮੈਂ ਤਾਂ ਕਿਹਾ ਸੀ ਉਹਨਾਂ ਨੂੰ ਸੱਦਾ ਦਿੱਤਾ ਸੀ ਤੇ ਉਹ ਆਉਂਦੇ ਨਹੀਂ ਇੱਧਰ ਕਰਕੇ ਮੈਂ ਸੱਚਾਂ ਜੇ ਉਹ ਨਹੀਂ ਆਉਂਦੇ ਤਾਂ ਉਹ ਝੂਠੇ ਨੇ ਜੀ। ਇਹ ਇਹ ਪੇਸ਼ ਕਰ ਲਓ ਜੀ। ਤੋ ਮੰਡਿਆਣੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਜਿਹੜੀ ਅੱਜ ਤੁਸੀਂ ਇੱਕ ਬੜੀ ਅਹਿਮ ਜਾਣਕਾਰੀ ਹੈ ਜਿਹੜੀ ਉਹ ਕੌਮ ਦੇ ਸਾਹਮਣੇ ਰੱਖੀ ਆ ਕਿ ਤਰਾਈ ਦੇ ਜਿਹੜੇ ਇਲਾਕੇ ਦੇ ਵਿੱਚ ਸਿੱਖਾਂ ਨੇ ਜਿਹੜੀਆਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਵੱਡੀ ਗਿਣਤੀ ਦੇ ਵਿੱਚ ਸਿੱਖ ਨੇ ਜਿਹੜੇ ਉੱਥੇ ਉਹ ਜ਼ਮੀਨ ਨੂੰ ਆਬਾਦ ਕਰਨ 'ਚ ਉਹਨਾਂ ਨੇ ਆਪਣੀਆਂ ਜਾਨਾਂ ਗਵਾਈਆਂ, ਅੱਜ ਉਹ ਤਰਾਈ ਦਾ ਇਲਾਕਾ ਜਿਹੜਾ ਉਹ ਸਿੱਖਾਂ ਤੋਂ ਖਾਲੀ ਕਰਵਾਉਣ ਦੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਲਗਭਗ ਨੇਪਰੇ ਚੜ੍ਹ ਚੁੱਕੀਆਂ ਨੇ, ਹੁਕਮ ਜਾਰੀ ਹੋਣੇ ਆ ਉਹ ਬਾਕੀ ਨੇ। ਸੋ ਇਸ ਮੁੱਦੇ ਨੂੰ ਤੁਸੀਂ ਕੌਮ ਦੇ ਸਾਹਮਣੇ ਰੱਖਿਆ, ਕੌਮ ਇਹਦੇ ਬਾਰੇ ਕੀ ਆਪਣਾ ਪ੍ਰਤੀਕਿਰਿਆ ਪ੍ਰਗਟਾਉਂਦੀ ਆ, ਉਹਨਾਂ ਜਿਹੜੇ ਪੀੜਿਤ ਕਿਸਾਨ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਅਸੀਂ ਸਹਿਯੋਗ ਕਰਦੇ ਹਾਂ, ਇਹ ਹੁਣ ਵੇਖਣ ਵਾਲੀ ਗੱਲ ਆ। ਅਤੇ ਅਸੀਂ ਆਪਣੇ ਦਰਸ਼ਕਾਂ ਤੋਂ ਵੀ ਜ਼ਰੂਰ ਚਾਹਾਂਗੇ ਕਿ ਉਹ ਇਸ ਗੰਭੀਰ ਸਮੱਸਿਆ ਬਾਰੇ ਕੌਮ ਨੂੰ ਕੀ ਕੀਤਾ ਜਾਣਾ ਚਾਹੀਦਾ ਉਹ ਆਪਣੇ ਵਿਚਾਰ ਆਪਣੇ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਨ। ਦੂਜਾ ਇਹ ਆ ਕਿ ਵਿਧਾਨ ਸਭਾ ਦੀ ਕਾਰਵਾਈ ਆ ਜਿਹੜੀ ਉਹ ਅੱਜ, ਕਿਉਂਕਿ ਜਿਵੇਂ ਕਿਹਾ ਗਿਆ ਸੀਗਾ ਕਿ ਉਹਦੇ ਦਿਨਕਰ ਗੁਪਤੇ ਦੇ ਮੁੱਦੇ 'ਤੇ ਠੱਪ ਕੀਤੀ ਜਾਊਗੀ, ਪਰੰਤੂ ਵਿਧਾਨ ਸਭਾ ਦੇ ਬਾਹਰ ਜ਼ਰੂਰ ਗੱਲਾਂ ਹੋਈਆਂ ਨੇ, ਅੰਦਰ ਉਹ ਕੁਛ ਨਹੀਂ ਹੋਇਆ ਜਿਹੜਾ ਕੁਛ ਐਲਾਨਿਆ ਗਿਆ ਸੀਗਾ। ਅਤੇ ਹੁਣ ਕੱਲ੍ਹ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ 'ਚ ਆਉਣਗੇ ਕੀ ਕੁਛ ਵਾਪਰਦਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਮੰਡਿਆਣੀ ਸਾਹਿਬ ਇੱਕ ਵਾਰ ਤੁਹਾਡਾ ਫਿਰ ਧੰਨਵਾਦ। ਕੱਲ੍ਹ ਫਿਰ ਕਿਸੇ ਨਵੇਂ ਮੁੱਦੇ 'ਤੇ ਅਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਕੀ ਵਾਪਰਦਾ ਉਸ ਨੂੰ ਲੈ ਕੇ ਆਪਣੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ। ਆਓ ਉਦੋਂ ਤੱਕ ਲਈ ਲੀਏ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।